ਨਾਭਾ ਜੇਲ੍ਹ ਬ੍ਰੇਕ 27 ਨਵੰਬਰ 2016 ਦਾ ਐਤਵਾਰ ਦਾ ਦਿਨ, ਤੁਹਾਨੂੰ ਤਸਵੀਰਾਂ ਦਿਖਾ ਦਈਏ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀਆਂ। ਇਹ ਉਹ ਜੇਲ੍ਹ ਆ ਜਿੱਥੇ ਜੇਲ੍ਹ ਬ੍ਰੇਕ ਹੋਇਆ ਸੀ, ਜਿਸ ਵਿੱਚ 6 ਗੈਂਗਸਟਰ ਅਤੇ ਅੱਤਵਾਦੀ ਇੱਥੋਂ ਪੁਲਿਸ ਦੀ ਵਰਦੀ ਵਿੱਚ ਆਉਂਦੇ ਨੇ ਅਤੇ ਜੇਲ੍ਹ ਦੀ ਡਿਊਟੀ ਵਿੱਚੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਉੱਥੋਂ ਇਹਨਾਂ ਅੱਤਵਾਦੀਆਂ ਨੂੰ ਲੈ ਜਾਂਦੇ ਨੇ। ਭਾਵੇਂ ਕਿ ਤੁਹਾਨੂੰ ਜੇਲ੍ਹ ਦੀਆਂ ਤਸਵੀਰਾਂ ਦਿਖਾ ਦਈਏ, ਇਸ ਵਕਤ ਜੇਲ੍ਹ ਵਿੱਚ ਰੈਨੋਵੇਟ ਚੱਲ ਰਹੀ ਆ, ਕਿਉਂਕਿ ਉਸ ਵਕਤ ਜੋ ਡਿਊਟੀ 'ਤੇ ਖੜ੍ਹੇ ਸੀ ਮੁਲਾਜ਼ਮ ਉਹਨਾਂ ਨੂੰ ਵੀ ਚੱਕਮਾ ਦਿੰਦੇ ਨੇ, ਕਿਉਂਕਿ ਪੁਲਿਸ ਦੀ ਵਰਦੀ ਵਿੱਚ ਆਉਂਦੇ ਨੇ। ਪੁਲਿਸ ਦੀ ਵਰਦੀ 'ਚੋਂ ਐਂ ਲੱਗਦਾ ਵੀ ਜਿਵੇਂ ਪੁਲਿਸ ਆਏ, ਪਰ ਪੁਲਿਸ ਦੀ ਭੇਸ ਵਿੱਚ ਜੋ ਗੈਂਗਸਟਰ ਨੇ ਜਾਂ ਹੋਰ ਵਿਅਕਤੀ ਸੀ, ਉਹ ਲਗਾਤਾਰ ਆਪਣਾ ਅੰਜਾਮ ਨੂੰ ਪੂਰਨ ਚੜ੍ਹ ਕੇ ਇੱਥੋਂ ਰਫੀ ਚੱਕਰ ਹੋ ਜਾਂਦੇ ਨੇ। ਤੁਹਾਨੂੰ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਦੇ, ਜੋ ਗੈਂਗਸਟਰ ਨੇ ਕਰੀਬ 3 ਗੱਡੀਆਂ ਵਿੱਚ ਆਉਂਦੇ ਨੇ, ਅਤੇ ਦੂਜੀ ਤਸਵੀਰ ਦਿਖਾ ਦਈਏ ਇੱਥੋਂ ਕੁਝ ਦੂਰੀ, 2 ਕਿਲੋਮੀਟਰ ਦੀ ਦੂਰੀ ਵਿੱਚ ਇੱਥੋਂ ਜੋ ਰੇਲਵੇ ਫਾਟਕ ਆ, ਇਹਨਾਂ ਦਾ ਜਿਹੜਾ ਰੂਟ ਸੀ ਰੇਲਵੇ ਫਾਟਕ ਨੂੰ ਜਾਣਾ ਸੀ, ਅਤੇ ਨਾਲ ਦੀ ਨਾਲ ਉੱਥੇ ਫਾਟਕ ਲੱਗ ਜਾਂਦਾ, ਜਿਸ ਕਰਕੇ ਉਹ ਇਹੀ ਰਸਤੇ ਇਹ ਵਾਪਸ ਆਉਂਦੇ ਨੇ। ਫਿਰ ਇੱਥੇ ਫਿਰ ਜਦੋਂ ਲੰਘਦੇ ਨੇ ਫਾਇਰਿੰਗ ਕਰਕੇ, ਇੱਥੋਂ ਫਿਰ ਵਾਪਸ ਰਾਮਗੜ੍ਹ ਹਰਿਆਣਾ ਸਾਈਡ ਦੀ ਹੁੰਦੇ ਹੁੰਦੇ ਇਹ ਹਰਿਆਣਾ ਦੇ ਵਿੱਚ ਐਂਟਰ ਕਰ ਜਾਂਦੇ ਨੇ। ਤੁਹਾਨੂੰ ਤਸਵੀਰਾਂ ਦਿਖਾ ਦਈਏ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀਆਂ। ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਜੋ ਅੱਤਵਾਦੀ ਕਸ਼ਮੀਰ ਸਿੰਘ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਗੈਂਗਸਟਰ, ਅਮਨਦੀਪ ਸਿੰਘ ਗੈਂਗਸਟਰ, ਕੁਲਪ੍ਰੀਤ ਸਿੰਘ ਉਰਫ ਨੀਟਾ ਦੇਵ ਨੂੰ ਭਜਾ ਕੇ ਨਾਲ ਲੈ ਜਾਂਦੇ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਪੰਜਾਬ ਪੁਲਿਸ ਜੋ 8 ਸਾਲ 9 ਸਾਲ ਦੇ ਕਰੀਬ ਪੁਰਾਣਾ ਮਾਮਲਾ, ਹੁਣ ਹਾਂਗਕਾਂਗ ਜਾ ਕੇ ਰਮਨਦੀਪ ਸਿੰਘ ਰੋਮੀ ਨੂੰ ਇੱਥੇ ਭਾਰਤ ਪੰਜਾਬ ਲਿਆ ਰਹੀ ਆ। ਸ਼ਾਮ ਨੂੰ 4 ਵਜੇ ਦਾ ਸਮਾਂ ਦੱਸਿਆ ਜਾ ਰਿਹਾ, ਦਿੱਲੀ ਏਅਰਪੋਰਟ 'ਤੇ ਉਹ ਲੈਂਡ ਕਰਨਗੇ। ਉਸ ਤੋਂ ਇਲਾਵਾ ਭਾਰੀ ਸੁਰੱਖਿਆ ਦੇ ਤਹਿਤ ਰਮਨਜੀਤ ਰੋਮੀ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਅਤੇ ਵੱਡੇ ਖੁਲਾਸੇ ਹੋਣ ਦੀ ਵੀ ਆਸ ਆ, ਕਿਉਂਕਿ ਰਮਨਜੀਤ ਰੋਮੀ 'ਤੇ ਪੰਜਾਬ ਵਿੱਚ ਕਈ ਲੁੱਟਾਂ ਖੋਹਾਂ ਅਤੇ ਹੋਰ ਧਮਕਾਉਣ ਦੀਆਂ ਅਤੇ ਫਰੌਤੀ ਦੀਆਂ ਜੋ ਵਾਰਦਾਤਾਂ ਨੇ ਉਸਦੇ ਇਲਜ਼ਾਮ ਨੇ। ਅਤੇ ਜੇਕਰ ਹਾਂਗਕਾਂਗ ਦੀ ਗੱਲ ਕੀਤੀ ਜਾਵੇ, ਹਾਂਗਕਾਂਗ ਵਿੱਚ ਵੀ ਇਸਨੇ ਮਨੀ ਐਕਸਚੇਂਜ ਵਿੱਚ $32 ਮਿਲੀਅਨ ਦੀ ਲੁੱਟ ਕੀਤੀ, ਅਤੇ ਉੱਥੇ ਵੀ ਉਸਦੇ ਖਿਲਾਫ ਮਾਮਲਾ ਦਰਜ ਹੈ। ਪਰ ਹੁਣ ਵੇਖਣਾ ਤਾਂ ਇਹ ਹੋਵੇਗਾ ਰੋਮੀ ਦੇ ਪਿੱਛੇ ਹੋਰ ਕਿਸ ਗੈਂਗਸਟਰਾਂ ਦਾ ਹੱਥ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਨਾਭਾ ਤੋਂ ਭੁਪਿੰਦਰ ਸਿੰਘ, ਨਿਊਜ਼ 18 ਪੰਜਾਬ। ਨਾਭਾ ਜੇਲ੍ਹ ਬ੍ਰੇਕ 27 ਨਵੰਬਰ 2016 ਦਾ ਐਤਵਾਰ ਦਾ ਦਿਨ, ਤੁਹਾਨੂੰ ਤਸਵੀਰਾਂ ਦਿਖਾ ਦਈਏ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਦੀਆਂ। ਇਹ ਉਹ ਜੇਲ੍ਹ ਆ ਜਿੱਥੇ ਜੇਲ੍ਹ ਬ੍ਰੇਕ ਹੋਇਆ ਸੀ, ਜਿਸ ਵਿੱਚ 6 ਗੈਂਗਸਟਰ ਅਤੇ ਅੱਤਵਾਦੀ ਇੱਥੋਂ ਪੁਲਿਸ ਦੀ ਵਰਦੀ ਵਿੱਚ ਆਉਂਦੇ ਨੇ ਅਤੇ ਜੇਲ੍ਹ ਦੀ ਡਿਊਟੀ ਵਿੱਚੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਉੱਥੋਂ ਇਹਨਾਂ ਅੱਤਵਾਦੀਆਂ ਨੂੰ ਲੈ ਜਾਂਦੇ ਨੇ। ਭਾਵੇਂ ਕਿ ਤੁਹਾਨੂੰ ਜੇਲ੍ਹ ਦੀਆਂ ਤਸਵੀਰਾਂ ਦਿਖਾ ਦਈਏ, ਇਸ ਵਕਤ ਜੇਲ੍ਹ ਵਿੱਚ ਰੈਨੋਵੇਟ ਚੱਲ ਰਹੀ ਆ, ਕਿਉਂਕਿ ਉਸ ਵਕਤ ਜੋ ਡਿਊਟੀ 'ਤੇ ਖੜ੍ਹੇ ਸੀ ਮੁਲਾਜ਼ਮ ਉਹਨਾਂ ਨੂੰ ਵੀ ਚੱਕਮਾ ਦਿੰਦੇ ਨੇ, ਕਿਉਂਕਿ ਪੁਲਿਸ ਦੀ ਵਰਦੀ ਵਿੱਚ ਆਉਂਦੇ ਨੇ। ਪੁਲਿਸ ਦੀ ਵਰਦੀ 'ਚੋਂ ਐਂ ਲੱਗਦਾ ਵੀ ਜਿਵੇਂ ਪੁਲਿਸ ਆਏ, ਪਰ ਪੁਲਿਸ ਦੀ ਭੇਸ ਵਿੱਚ ਜੋ ਗੈਂਗਸਟਰ ਨੇ ਜਾਂ ਹੋਰ ਵਿਅਕਤੀ ਸੀ, ਉਹ ਲਗਾਤਾਰ ਆਪਣਾ ਅੰਜਾਮ ਨੂੰ ਪੂਰਨ ਚੜ੍ਹ ਕੇ ਇੱਥੋਂ ਰਫੀ ਚੱਕਰ ਹੋ ਜਾਂਦੇ ਨੇ। ਤੁਹਾਨੂੰ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਦਈਏ, ਜੋ ਗੈਂਗਸਟਰ ਨੇ ਕਰੀਬ 3 ਗੱਡੀਆਂ ਵਿੱਚ ਆਉਂਦੇ ਨੇ, ਅਤੇ ਦੂਜੀ ਤਸਵੀਰ ਦਿਖਾ ਦਈਏ ਇੱਥੋਂ ਕੁਝ ਦੂਰੀ, 2 ਕਿਲੋਮੀਟਰ ਦੀ ਦੂਰੀ ਵਿੱਚ ਇੱਥੋਂ ਜੋ
ਰੇਲਵੇ ਫਾਟਕ ਆ, ਇਹਨਾਂ ਦਾ ਜਿਹੜਾ ਰੂਟ ਸੀ ਰੇਲਵੇ ਫਾਟਕ ਨੂੰ ਜਾਣਾ ਸੀ ਅਤੇ ਨਾਲ ਦੀ ਨਾਲ ਉੱਥੇ ਫਾਟਕ ਲੱਗ ਜਾਂਦਾ, ਜਿਸ ਕਰਕੇ ਉਹ ਇਹੀ ਰਸਤੇ ਇਹ ਵਾਪਸ ਆਉਂਦੇ ਨੇ। ਫਿਰ ਇੱਥੇ ਫਿਰ ਜਦੋਂ ਲੰਘਦੇ ਨੇ ਫਾਇਰਿੰਗ ਕਰਕੇ, ਇੱਥੋਂ ਫਿਰ ਵਾਪਸ ਰਾਮਗੜ੍ਹ ਹਰਿਆਣਾ ਸਾਈਡ ਦੀ ਹੁੰਦੇ ਹੁੰਦੇ ਇਹ ਹਰਿਆਣਾ ਦੇ ਵਿੱਚ ਐਂਟਰ ਕਰ ਜਾਂਦੇ ਨੇ। ਤੁਹਾਨੂੰ ਤਸਵੀਰਾਂ ਦਿਖਾ ਦਈਏ ਨਾਭਾ ਦੀ, ਮੈਕਸੀਮਮ ਸਿਕਿਉਰਟੀ ਜੇਲ੍ਹ ਦੀਆਂ। ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਜੋ ਅੱਤਵਾਦੀ ਕਸ਼ਮੀਰ ਸਿੰਘ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਗੈਂਗਸਟਰ, ਅਮਨਦੀਪ ਸਿੰਘ ਗੈਂਗਸਟਰ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਭਜਾ ਕੇ ਨਾਲ ਲੈ ਜਾਂਦੇ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਪੰਜਾਬ ਪੁਲਿਸ ਜੋ 8 ਸਾਲ 9 ਸਾਲ ਦੇ ਕਰੀਬ ਪੁਰਾਣਾ ਮਾਮਲਾ, ਹੁਣ ਹਾਂਗਕਾਂਗ ਜਾ ਕੇ ਰਮਨਦੀਪ ਸਿੰਘ ਰੋਮੀ ਨੂੰ ਇੱਥੇ ਭਾਰਤ ਪੰਜਾਬ ਲਿਆ ਰਹੀ ਆ। ਸ਼ਾਮ ਨੂੰ 4 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਦਿੱਲੀ ਏਅਰਪੋਰਟ 'ਤੇ ਉਹ ਲੈਂਡ ਕਰਨਗੇ। ਉਸ ਤੋਂ ਇਲਾਵਾ ਭਾਰੀ ਸੁਰੱਖਿਆ ਦੇ ਤਹਿਤ ਰਮਨਜੀਤ ਰੋਮੀ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਵੱਡੇ ਖੁਲਾਸੇ ਹੋਣ ਦੀ ਵੀ ਆਸ ਆ, ਕਿਉਂਕਿ ਰਮਨਜੀਤ ਰੋਮੀ 'ਤੇ ਪੰਜਾਬ ਵਿੱਚ ਕਈ ਲੁੱਟਾਂ ਹੋਇਆ ਅਤੇ ਹੋਰ ਧਮਕਾਉਣ ਦੀਆਂ ਅਤੇ ਫਰੌਤੀ ਦੀਆਂ ਜੋ ਵਾਰਦਾਤਾਂ ਨੇ ਉਸਦੇ ਇਲਜ਼ਾਮ ਨੇ। ਅਤੇ ਜੇਕਰ ਹਾਂਗਕਾਂਗ ਦੀ ਗੱਲ ਕੀਤੀ ਜਾਵੇ, ਹਾਂਗਕਾਂਗ ਵਿੱਚ ਵੀ ਇਸਨੇ ਮਨੀ ਐਕਸਚੇਂਜ ਵਿੱਚ $32 ਮਿਲੀਅਨ ਦੀ ਲੁੱਟ ਕੀਤੀ ਅਤੇ ਉੱਥੇ ਵੀ ਉਸਦੇ ਖਿਲਾਫ਼ ਮਾਮਲਾ ਦਰਜ ਹੈ। ਪਰ ਹੁਣ ਵੇਖਣਾ ਤਾਂ ਇਹ ਹੋਵੇਗਾ ਰੋਮੀ ਦੇ ਪਿੱਛੇ ਹੋਰ ਕੁਸ ਕਿਸ ਕਿਸ ਗੈਂਗਸਟਰਾਂ ਦਾ ਹੱਥ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਨਾਭਾ ਤੋਂ ਭੁਪਿੰਦਰ ਸਿੰਘ, ਨਿਊਜ਼ 18।